सत श्री अकाल सारिआं दा। उम्मीद करदा सारे जणे ठीक ठाक हुणे ने, परमात्मा सारिआं नूं चढ़दी कला दे विच रखे ते वैलकम हो गया साडे यूट्यूब चैनल ते। सत श्री अकाल जी सारिआं नूं, उम्मीद करदी आं सारे ठीक ठाक होणगे। ते अज दा व्लॉग साडा इह है, अज असीं करन लगे इक दूजे नूं चैलेंज। ते अज असीं खावांगे स्पाइसी नूडल। ते बहुत जबरदस्त चैलेंज होण वाला है अज, जिहड़ा कि तुसीं वीडियो च देखोगे तां नज़ारा आएगा वीडियो देखण दा वी। देखो हुण क्या हुंदा है नूडल खा के, देखो कौन जीतदा है, मैं जीतदी हां कि आ जीतदे है। जितना तो आपा ही है, तुहानूं पता ही है। फिर ते एदा नहीं है, जेड़ा हारूगा ओनू पनिशमेंट भी मिलेगी। अच्छा जी, हां तो केड़ी पनिशमेंट होगी ओ फिर बाद च सोच के दसांगे। अच्छा जी, तो मेरा पूरा पूरा हारना तो वैसे तुसी ही है। एदा कदी होया नहीं, तो ना हो सकता है। पड़ा मैंने दोनों हाथ ना बरते जान नूडलों वास्ते, हारना तू ही है, इसलिए सोच ला ਉਦਾਂ ਦਾ ਇੱਕ ਹਿਸਾਬ ਕਿਤਾਬ ਲਗਾਇਓ। ਚਲੋ ਦੇਖਦੇ ਆ ਹੋਈ ਨਾ ਕੌਣ ਹਾਰਦਾ ਤੇ ਕੌਣ ਜਿੱਤਦਾ। ਹਾਂਜੀ, ਜਿੱਦਾਂ ਕਿ ਤੁਸੀਂ ਸੁਣ ਲਿਆ, ਅਸੀਂ ਹੁਣ ਨੂਡਲ ਦਾ ਚੈਲੰਜ ਰੱਖਿਆ ਪਿਆ ਅੱਜ, ਤੇ ਆਪਾਂ ਚੱਲਿਆ ਹੁਣ ਮਾਰਕੀਟ ਦੇ ਵਿੱਚ। ਤੇ ਹੁਣ ਅਸੀਂ ਮਾਰਕੀਟ ਜਾਵਾਂਗੇ, ਮਾਰਕੀਟ ਤੋਂ ਨੂਡਲ ਖਰੀਦਾਂਗੇ। ਹਾਂਜੀ, ਤੇ ਬਹੁਤ ਸਪਾਈਸੀ ਵਾਲੇ ਨੂਡਲ ਲੈ ਕੇ ਆਵਾਂਗੇ ਕਿ ਜਿਹੜੇ ਖਾਂਦੇ ਹੀ ਚੀਕਾਂ ਹੀ ਨਿਕਲ ਜਾਣ। ਤੇ ਚੀਕਾਂ ਨਿਕਲ ਕੇ ਬੰਦਾ ਆਪ ਹੀ ਹੱਥ ਖੜੇ ਕਰ ਦੇਵੇ ਕਿ ਮੈਂ ਹਾਰ ਗਿਆ ਆ। ਇੱਕ ਚਮਚ ਖਾਂਦੇ ਹੀ ਦਲਜੀਤ ਦੀਆਂ ਚੀਕਾਂ, ਜਿੱਦਾਂ ਕਿ ਦਲਜੀਤ ਹੀ ਤਾਂ ਹੈ ਚੈਲੰਜ ਦੇ ਵਿੱਚ, ਦਲਜੀਤ ਦੇ ਹੱਥ ਖੜੇ ਹੋ ਜਾਣ, ਦਲਜੀਤ ਕਹੇ ਮੈਂ ਹਾਰ ਗਈ ਹੂੰ। ਠੀਕ ਹੈ ਜੀ, ਤੇ ਬਾਕੀ ਆਪਾਂ ਜਿੱਤ ਜਾਈਏ ਉਸ ਦਿਨ। ਉਹ ਦਿਨ ਕਦੇ ਨਹੀਂ ਆਉਣੇ, ਤੁਸੀਂ ਭੁੱਲ ਜਾਓ ਉਹ ਦਿਨ, ਆਉਣ ਦੀ ਗੱਲ ਦੂਰ ਛੱਡੋ, ਦਿਨ ਅੱਜ ਹੀ ਆ ਤੇ ਅੱਜ ਹੀ ਆਉਣ ਵਾਲਾ ਹੈ ਦਿਨ। ਆਪਾਂ ਨਿਊਡਲ ਬਸ ਲਿਆਉਣੇ ਆ ਹੁਣ ਖਰੀਦ ਕੇ, ਮੁੜ ਕੇ ਬਾਅਦ ਚੋਂ ਦੇਖਦੇ ਆ। ਦੇਖਦੇ ਆ ਇਹ ਦਿਨ ਤੁਹਾਡੇ ਤੇ ਆਉਂਦਾ ਜਾਂ ਮੇਰੇ ਤੇ ਦਿਨ ਆਉਂਦਾ ਆ। ਦੇਖਦੇ ਆ, ਕੋਈ ਗੱਲ ਨਹੀਂ, ਸੋਚ ਲਓ ਹਲੇ ਵੀ ਸੋਚਿਆ ਵੀ ਹੈ। ਠੀਕ ਹੈ, ਤੇ ਸਾਰੇ ਭੈਣ ਭਰਾਵਾਂ ਨੇ ਸਾਡਾ ਬਲੌਗ ਫੁੱਲ ਦੇਖਣਾ ਐਂਡ ਤੱਕ, ਕਿਉਂਕਿ ਦਲਜੀਤ ਅੱਜ ਰਗੜੀ ਜਾਣੀ ਹੈ ਤੇ ਤੁਸੀਂ ਦੇਖਿਓ ਦਲਜੀਤ ਦੇ ਨਾਲ ਕੀ ਹੁੰਦਾ ਆ। ਤੇ ਚਲੋ ਜੀ ਹੁਣ ਫਿਰ ਚੱਲਦੇ ਆ ਮਾਰਕੀਟ, ਤੇ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ ਕਿਹੜੇ ਨੂਡਲ ਹੈ, ਨਾਲੇ ਤੁਹਾਨੂੰ ਵੀ ਦਿਖਾਉਂਦੇ ਆ। ਗਾਈਸ ਅਸੀਂ ਪਹੁੰਚ ਗਏ ਆ ਮਾਰਕੀਟ, ਤੇ ਮਾਰਕੀਟ ਦੇ ਵਿੱਚ ਦਲਜੀਤ ਆਪਣੀ ਸ਼ੋਪਿੰਗ ਕਰਨ ਲੱਗ ਗਈ ਹੈ। ਕਹਿੰਦੀ ਮੈਂ ਜੁੱਤੇ ਲੈਣੇ ਆ ਜੀ, ਠੰਡ ਬਹੁਤ ਆ ਗਈ ਹੈ। ਤੁਸੀਂ ਦੇਖ ਸਕਦੇ ਹੋ ਦਲਜੀਤ ਨੂੰ ਕਿੱਦਾਂ ਲੱਗੀ ਹੈ ਜ਼ੋਰਾਂ ਸ਼ੋਰਾਂ ਨਾਲ। ਹਾਂਜੀ ਦਲਜੀਤ, ਕੀ ਕਰਦੇ ਆ? ਮੈਂ ਕਿਹਾ ਜੁੱਤੇ ਲੈ ਲਈਏ, ਬਰਫ ਹੋਣ ਵਾਲੀ ਹੈ, ਠੰਡ ਹੋਣ ਵਾਲੀ ਹੈ ਨਾ, ਤੁਸੀਂ ਕਿਤੇ ਦੇਖ ਲਈਏ। ਆਏ ਤੁਸੀਂ ਮੈਗੀ ਲੈਣਾ ਤਾਂ ਵੜ ਕੇ ਜੁੱਤੇ ਆਉਣੀ ਦੁਕਾਨ ਤੇ, ਚੰਗਾ ਕੰਮ ਤੇ ਫੜੇ। ਦੇਖ ਜਾਂਦੇ ਆ ਨਾ, ਲੈਣੇ ਆ ਮੈਂ ਨਾ। ਅੱਛਾ, ਠੰਡ ਹੋ ਜਾਣੀ ਹੈ ਬਹੁਤ ਜ਼ਿਆਦਾ ਤਾਂ ਕਰਕੇ। ਤੇ ਅੱਜ ਤਾਂ ਅਸੀਂ ਮੈਗੀ ਵਾਲਾ ਕੰਮ ਕਰੀਏ ਨਾ, ਜੁੱਤੇ ਬਾਅਦ ਚੋਂ ਲੈ ਜਾਵਾਂਗੇ। ਅੱਛਾ ਹਾਂਜੀ, ਗੱਲ ਟਾਲਣ ਦੀ ਨਹੀਂ ਹੈਗੀ, ਅਗਲੀ ਵਾਰੀ ਅਸੀਂ ਕਰਾਂਗੇ ਜੁੱਤਿਆਂ ਦਾ ਕੰਮ। ਚਲੋ ਯਾਰ, ਹੁਣ ਟਾਈਮ ਵੀ ਘੱਟ ਹੈ, ਕੁਛ ਪਸੰਦ ਕਰਨ ਨੂੰ ਟਾਈਮ ਚਾਹੀਦਾ, ਤੇ ਹੁਣ ਟਾਈਮ ਸਾਡੇ ਕੋਲ ਬਹੁਤ ਘੱਟ ਹੈ, ਤੇ ਨੈਕਸਟ ਟਾਈਮ ਦੇਖਾਂਗੇ। ਹੁਣ ਮੈਗੀ ਲੈਂਦੇ ਹਾਂ ਤੇ ਘਰੇ ਜਾਂਦੇ ਹਾਂ, ਚੈਲੰਜ ਕਰਦੇ ਹਾਂ ਕੀ ਬਣਦਾ। ਕੱਲ੍ਹ ਪਰਸੋਂ ਦੇਖਾਂਗੇ ਜੁੱਤੇ ਨਾ। ਆ ਜਾਓ ਆ ਜਾਓ ਬਾਹਰ, ਆ ਜਾਓ ਆ ਜਾਓ ਆ ਜਾਓ, ਬਚ ਗਏ ਤੁਸੀਂ, ਲੇਕਿਨ ਮੈਂ ਲੈਣੇ ਹੈ ਜ਼ਰੂਰ। ਗਾਈਸ ਦੇਖੋ, ਤੁਸੀਂ ਦੇਖ ਸਕਦੇ ਹੋ ਦਲਜੀਤ ਨੇ ਕਿੰਨਾ ਸਮਾਨ ਪੈਕ ਕਰ ਲਿਆ, ਸਾਰਾ ਕੁਝ ਲੈ ਲਿਆ। ਆ ਦੇਖੋ ਰੇੜੀ ਕਿੱਦਾਂ ਲੱਦੀ ਪਈ ਹੈ ਇਹਨੇ। ਮੈਂ ਕਿਹਾ ਅੱਜ ਛੁੱਟੀ ਹੈ ਨਾ, ਮੌਕੇ ਤੇ ਚੁੱਕਾ ਮਾਰ ਲਈਏ। ਮੌਕੇ ਤੇ ਚੁੱਕਾ ਚੰਗਾ ਮਾਰਨਾ। ਤੇ ਆ ਦੇਖੋ ਵੱਡੀ ਮਾਰਕੀਟ ਦੇ ਵਿੱਚ ਲੈ ਕੇ ਵੜ ਗਈ ਹੈ, ਕਹਿੰਦੀ ਅੱਜ ਛੱਡਣਾ ਨਹੀਂ, ਸਾਰਾ ਕੁਝ ਲੈਣਾ ਹੈ। ਤੇ ਇੱਦਾਂ ਤੁਸੀਂ ਚੈੱਕ ਕਰੋ, ਚੱਕੀ ਜਾਂਦੀ ਹੈ ਜੋ ਕੁਛ ਹੁੰਦਾ ਹੱਥ। ਅਜੇ ਤਾਂ ਮੇਨ ਚੀਜ਼ ਲੈਣੀ ਹੈ ਜੋ ਅਸੀਂ ਲੈਣ ਲਈ ਆਏ ਹੋ, ਯਾਦ ਰੱਖਣਾ ਕਿਤੇ ਭੁੱਲ ਨਾ ਜਾਈਏ। ਮੇਨ ਚੀਜ਼ ਬਹੁਤ ਲੱਭਦੀ ਹੈ, ਮੇਨ ਚੀਜ਼ ਕਿਹੜੀ ਹੈ? ਜੋ ਲੈਣ ਲਈ ਆਏ ਆਪਾਂ, ਤੁਹਾਨੂੰ ਪਤਾ ਹੀ ਹੈ। ਲੱਭੋ ਫਿਰ ਕਿੱਥੇ ਗਿਆ, ਤਾਂ ਮਾਰਕੀਟ ਬਹੁਤ ਜ਼ਿਆਦਾ ਵੱਡੀ ਹੈ, ਲੱਭਣੀ ਬੜੀ ਮੁਸ਼ਕਲ ਹੈ ਇੱਥੇ ਚੀਜ਼, ਪਰ ਲੱਭਣ ਦੇ। ਗਾਈਸ ਦੇਖ ਸਕਦੇ ਹੋ ਤੁਸੀਂ ਕਿ ਦਲਜੀਤ ਨੇ ਆਪਣੇ ਟਿਕਾਣਾ ਲੱਭ ਲਿਆ, ਜਿੱਥੇ ਨੂਡਲ ਪਈਆਂ ਹੁੰਦੀਆਂ ਮਿਰਚਾਂ ਵਾਲੀਆਂ। ਤੇ ਹੁਣ ਦਿਲਜੀਤ ਦੇਖ ਰਹੀ ਹੈ ਕਿ ਕਿਹੜੀ ਆ ਲਿੱਤੀਆਂ ਜਾਵੇ। ਨੂਡਲ ਤਾਂ ਹੈ ਬਟ ਸਾਨੂੰ ਟ੍ਰਿਪਲ ਐਕਸਲ ਚਾਹੀਦੀ ਹੈ। ਤੇ ਦੇਖੋ ਇੱਥੇ ਲੱਭੋ ਹੋਣੀ ਆ, ਆ ਤਾਂ ਡਬਲ ਐਕਸਲ ਹੈ, ਟ੍ਰਿਪਲ ਐਕਸਲ ਉਹਨਾਂ ਨੂੰ ਕਹਿਣੇ ਪੈਣਾ। ਤੁਹਾਨੂੰ ਕੀ ਲੱਗਦਾ ਲੱਭ ਜਾਏਗੀ? ਹਾਂ ਮਿਲ ਜਾਣੀ ਆ ਉਹਨਾਂ ਤੋਂ, ਪੁੱਛਦੀ ਆ। ਤੇ ਫਿਰ ਲੈਣੇ ਆ ਨੂਡਲ, ਆ ਦਿਖਾਓ ਆ ਵਾਲੀ ਲੈਣੀ ਆ ਆਪਾਂ, ਇਸ ਦੀ ਟ੍ਰਿਪਲ ਐਕਸਲ ਆ ਵਾਲੀ ਲੈਣੀ ਹੈ ਜੀ। ਮਿੱਤਰੋ ਪਟਾਕੇ ਪੈਣ ਵਾਲੇ ਆ, ਤੁਸੀਂ ਦੇਖ ਸਕਦੇ ਹੋ ਅੱਜ ਆ ਡਬਲ ਐਕਸਲ ਐ, ਸੀ ਟ੍ਰਿਪਲ ਐਕਸਲ ਸਪਾਈਸੀ ਲੈਣੀ ਹੈ।
ਸਾਡਾ ਕਿਉਂਕਿ ਚੈਲੰਜ ਹੀ ਟ੍ਰਿਪਲ ਐਕਸਲ ਦਾ ਹੋਇਆ ਹੈ। ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਸ਼ਾਫ ਆ ਤੇ ਇਦਾਂ ਹੀ ਚੀਕਾਂ ਨਿਕਲਣੀਆਂ ਇਹਨੂੰ ਖਾ ਕੇ ਜਿੱਦਾਂ ਭਾਈ ਦੀਆਂ ਨਿਕਲੀਆਂ ਤੇ ਇਦਾਂ ਹੀ ਮੂੰਹ ਦਲਜੀਤ ਦਾ ਹੋ ਜਾਣਾ ਰੋਣ ਵਰਗਾ। ਆ ਭਾਈ ਨੂੰ ਦੇਖੋ ਕਿੱਦਾਂ ਮੂੰਹ ਲੱਗ ਰਿਹਾ ਹੈ। ਦੇਖੋ ਤਾਂ ਸਹੀ, ਆ ਦੇਖੋ ਇਦਾਂ ਦਾ ਹਾਲ ਹੋਣਾ ਤੁਹਾਡਾ ਵੀ। ਇਦਾਂ ਹੀ ਦਲਜੀਤ ਦੀਆਂ ਚੀਕਾਂ ਨਿਕਲਣ ਵਾਲੀਆਂ ਤੁਸੀਂ ਵੀਰੋ ਦੇਖ ਸਕਦੇ ਹੋ। ਡਬਲ ਐਕਸਲ ਹੈ ਤੇ ਪਰ ਲੜੀਏ ਜੇ ਚੈਲੰਜ ਕਰਨਾ ਤਾਂ ਵਧੀਆ ਕਰੋ ਚੈਲੰਜ। ਚੈਲੰਜ ਦੇ ਚੱਕਰ 'ਚ ਇਹਨੇ ਸਾਡੀਆਂ ਚੀਕਾਂ ਕਰਾ ਲਈਆਂ ਵੀਰੋ, ਅੱਜ ਹਾਲੇ ਸਾਡੀ ਖਰਾਬ ਆ ਜਾਣੀ। ਸਾਨੂੰ ਬੜਾ ਸ਼ੌਕ ਸੀ ਚੈਲੰਜ ਕਰਨ ਦਾ, ਮੈਂ ਕਿਹਾ ਕਰਦੇ ਆ ਤਾਂ ਫਿਰ ਟ੍ਰਿਪਲ ਦਾ ਕਰਦੇ ਆ, ਡਬਲ ਦਾ ਕੀ ਕਰਪਾ। ਚਲੋ ਜੀ ਠੀਕ ਆ, ਚਲੋ ਫਿਰ ਉਹਨਾਂ ਨੂੰ ਕਹਿ ਕੇ ਆਪਾਂ ਟ੍ਰਿਪਲ ਲੈਨੇ ਆ ਇਹਦੇ ਵਿੱਚ। ਚਲੋ ਜੀ ਫਿਰ ਮਿਲਦੇ ਆ, ਅਸੀਂ ਸ਼ੋਪਿੰਗ ਕਰ ਲਈਏ, ਮੈਗੀ ਲੈ ਲਈਏ, ਫਿਰ ਬਾਅਦ 'ਚ ਤੁਹਾਨੂੰ ਘਰ ਮਿਲਦੇ ਆ ਘਰ ਪਹੁੰਚ ਕੇ ਨਾ। ਹਾਂਜੀ ਜੀ ਅਸੀਂ ਆ ਗਏ ਆ ਘਰ ਹੁਣ। ਹਾਂਜੀ ਘਰ ਆ ਗਏ ਅਸੀਂ ਸ਼ੋਪਿੰਗ ਕਰਕੇ, ਤੇ ਠੰਡ ਬਹੁਤ ਜ਼ਿਆਦਾ ਹੈ, ਤੁਸੀਂ ਪੁੱਛੋ ਨਾ, ਬਹੁਤ ਜ਼ਿਆਦਾ ਠੰਡ ਹੈ। ਤੇ ਹੁਣ ਅਸੀਂ ਕੀ ਨਾਮ ਹੈ ਮੈਗੀ ਬਣਾਉਣੀ ਹੈ, ਤੇ ਮੈਗੀ ਖਾਵਾਂਗੇ ਨਾਲੇ ਤੁਹਾਨੂੰ ਦਿਖਾਉਂਦੇ ਹਾਂ ਮੈਗੀ, ਫਿਰ ਤੁਹਾਨੂੰ ਦਿਖਾ ਕੇ ਬਣਾਵਾਂਗੇ, ਤੁਹਾਡੇ ਨਾਲ ਹੀ ਬਣਾਵਾਂਗੇ। ਕਿਹੜਾ ਬੰਬ ਦਾ ਗੋਲਾ ਲੈ ਕੇ ਆਈ ਹੈ ਦਲਜੀਤ? ਖਾਂਦੇ ਹਾਂ ਦੇਖੋ ਜੀ ਕੀ ਬਣਦਾ ਅੱਗੇ। ਤੇ ਚਲੋ ਹੁਣ ਥੋੜਾ ਪਾਣੀ ਪੂਣੀ ਪੀਏ, ਰੈਸਟ ਕਰੀਏ, ਫਿਰ ਤੁਹਾਡੇ ਨਾਲ ਮਿਲਦੇ ਆ ਜੀ। ਗਾਇਜ਼ ਜਿੱਦਾਂ ਕਿ ਤੁਸੀਂ ਦੇਖਿਆ ਅਸੀਂ ਘਰ ਪਹੁੰਚ ਗਏ ਆ, ਤੇ ਹੁਣ ਸਾਡੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ, ਅਸੀਂ ਕਿਹਾ ਜਿਹੜਾ ਬੰਬ ਦਾ ਗੋਲਾ ਲਿਆਂਦਾ ਆ ਉਹ ਚਲਾਇਆ ਜਾਵੇ ਤੇ ਨਾਲੇ ਬਲਾਸਟ ਕੀਤਾ ਜਾਵੇ। ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਬੰਬ ਦਾ ਗੋਲਾ ਲਿਆਂਦਾ ਬੜਾ ਖਤਰਨਾਕ ਆ। ਆਹ ਦੇਖੋ ਜੀ ਬੰਬ ਦਾ ਗੋਲਾ, ਇਹ ਬਹੁਤ ਹੀ ਖਤਰਨਾਕ ਹੈ, ਟ੍ਰਿਪਲ ਐਕਸਲ ਆ, ਅਤੇ ਦੇਖ ਕੇ ਹੀ ਇਹਨੂੰ ਡਰ ਲੱਗਦਾ। ਦੇਖ ਲਓ ਤੁਸੀਂ ਕਿੱਦਾਂ ਇਹਦੀਆਂ ਚੀਕਾਂ ਨਿਕਲੀਆਂ ਆ, ਇੱਦਾਂ ਹੀ ਸਾਡੀਆਂ ਚੀਕਾਂ ਨਿਕਲਣ ਵਾਲੀਆਂ ਆ। ਅਤੇ ਹੁਣ ਤਾਂ ਸੋਚ ਰਹੇ ਹਾਂ ਅਜੇ। ਦਲਜੀਤ ਤੁਸੀਂ ਕੀ ਸੋਚਾਂ 'ਚ ਪਏ ਹੋ? ਮੈਂ ਆਈ ਪੜ੍ਹਦੀ ਸੀ ਮੈਂ ਕਿਹਾ ਕੀ ਲਿਖਿਆ ਹੋਇਆ, ਬੜੀ ਸਟਰੋਂਗ ਹੈ, ਬਹੁਤ ਸਪਾਈਸੀ ਹੈ। ਅਸੀਂ ਦੇਖ ਲਈਏ ਇੱਕ ਵਾਰੀ, ਕੋਈ ਵਾਰਨਿੰਗ ਤਾਂ ਨਹੀਂ ਲਿਖੀ ਪਈ? ਲੈ ਕੇ ਵੀ ਤ੍ਰਿਪਲ ਐਕਸਲ ਆਏ ਹਾਂ ਆਪਾਂ, ਵਾਰਨਿੰਗ ਵੁਰਨਿੰਗ ਤਾਂ ਕੋਈ ਨਹੀਂ ਲਿਖੀ ਪਈ, ਪਰ ਟ੍ਰਿਪਲ ਐਕਸਲ ਲਿਖਿਆ ਪਿਆ। ਲੱਭੀ ਬੜੀ ਮੁਸ਼ਕਲ ਨਾਲ ਨਾ, ਉੱਥੋਂ ਬਹੁਤ ਮੁਸ਼ਕਲ ਨਾਲ ਲੱਭੀ ਅਸੀਂ ਟ੍ਰਿਪਲ ਐਕਸਲ, ਕਿਉਂਕਿ ਆਮ ਮਾਰਕੀਟ ਤੋਂ ਨਹੀਂ ਮਿਲਦੀ। ਅਤੇ ਉਹਨਾਂ ਨੂੰ ਸਪੈਸ਼ਲ ਅਸੀਂ ਕਿਹਾ ਕਿ ਸਾਨੂੰ ਟ੍ਰਿਪਲ ਐਕਸਲ ਚਾਹੀਦੀ ਹੈ, ਫਿਰ ਉਹ ਲੈ ਕੇ ਆਏ ਕੱਢ ਕੇ, ਫਿਰ ਜਾ ਕੇ ਉਹਨਾਂ ਨੇ ਦਿੱਤੀ ਹੈ। ਅਤੇ ਹੁਣ ਅਸੀਂ ਬਣਾਵਾਂਗੇ ਅਤੇ ਫਿਰ ਤੁਹਾਨੂੰ ਦੱਸਾਂਗੇ, ਅਤੇ ਨਾਲੇ ਤੁਸੀਂ ਵੀ ਦੇਖਿਓ। ਅਤੇ ਟਾਈਮਿੰਗ ਦਲਜੀਤ ਤੁਸੀਂ ਕਿੰਨੇ ਮਿੰਟ ਦੀ ਹੈ ਖਤਮ ਆਪਾਂ ਕਰਨੀ ਹੈ ਨਾ? ਟਾਈਮਿੰਗ 5 ਮਿੰਟ। 5 ਮਿੰਟ ਤਾਂ ਬਹੁਤ ਜ਼ਿਆਦਾ ਕਹਿਤੇ ਇਹਨਾਂ ਨੇ, 5 ਮਿੰਟ ਦੇ ਵਿੱਚ ਤਾਂ ਲੋਕਾਂ ਨੇ 10 ਮੈਗੀਆਂ ਖਾ ਜਾਣੀਆਂ, ਇਸ ਲਈ ਇਸ ਮੈਗੀ ਨੂੰ ਖਾਣ ਵਾਸਤੇ ਸਿਰਫ 1 ਮਿੰਟ। ਅਤੇ 1 ਮਿੰਟ ਦੇ ਵਿੱਚ ਦਲਜੀਤ ਦੋਵੇਂ ਹੱਥਾਂ ਨਾਲ ਹੋ ਜੀ ਸਿੱਧੀ, ਨਹੀਂ ਨਹੀਂ ਇੱਦਾਂ ਨਹੀਂ ਹੋ ਸਕਦਾ, ਮਿੰਟ ਜ਼ਰੂਰੀ ਹੈ। ਜਿਹੜੇ ਸਾਡੀ ਫੈਮਿਲੀ ਸਾਨੂੰ ਦੇਖਦੀ ਹੈ ਉਹ ਵੀ ਤਾਂ ਦੇਖਣ ਕਿ ਕਿੰਨੀ ਕੁ ਜਲਦੀ ਇਹ ਖਤਮ ਕਰ ਸਕਦੇ ਆ। 1 ਮਿੰਟ ਦਾ ਯਾਰ ਬਹੁਤ ਘੱਟ ਹੈ, 1 ਮਿੰਟ ਕੋਈ ਘੱਟ ਨਹੀਂ ਹੈ। ਚਲੋ 1.5 ਮਿੰਟ ਗਾਇਸ, ਜਿੱਦਾਂ ਕਿ 1.5 ਮਿੰਟ ਰੱਖਿਆ ਆਪਾਂ, 1 ਮਿੰਟ ਕਹਿੰਦੇ ਬਹੁਤ ਘੱਟ ਆ, 1.5 ਮਿੰਟ ਦੇ ਵਿੱਚ ਆਪਾਂ ਇਹਨੂੰ ਫਿਨਿਸ਼ ਕਰਨਾ। ਜੇ 1.5 ਮਿੰਟ ਤੋਂ ਕੋਈ ਪਹਿਲਾਂ ਫਿਨਿਸ਼ ਕਰ ਜਾਏਗਾ ਫਿਰ ਉਹਦੀ ਜ਼ਿਆਦਾ ਬੱਲੇ ਬੱਲੇ ਹੋਣ ਵਾਲੀ ਹੈ, ਅਤੇ ਜਿਹੜਾ ਕੋਈ ਲੇਟ ਹੋ ਜੂਗਾ ਉਹਦੇ ਪਟਾਕੇ ਪੈਣ ਵਾਲੇ ਆ। ਤੁਸੀਂ ਇਹ ਹਿਸਾਬ ਲੈ ਲਿਓ ਹੁਣ ਗੋਲੀਆਂ ਚੱਲਣੀਆਂ ਆ। ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਡੇਂਜਰਸ ਫੋਟੋ ਆ ਉਹਦਾ, ਇਹਨੂੰ ਤਾਂ ਦੇਖ ਕੇ ਹੀ ਕੁਛ ਹੋ ਰਿਹਾ ਹੈ ਪੈਕਟ ਨੂੰ ਹੀ। ਆਹ ਦੇਖੋ ਵਿਚਾਰੇ ਦੇ ਰੋਣੇ ਨਿਕਲੇ ਹੋਏ ਆ। ਚਲੋ ਹੁਣ ਬਣਾਉਂਦੇ ਹਾਂ ਮਿਲ ਕੇ ਅਤੇ ਫਿਰ ਤੁਹਾਡੇ ਨਾਲ ਗੱਲ ਕਰਦੇ ਹਾਂ। ਹਾਂਜੀ ਤਾਂ ਫਿਰ ਤੁਹਾਨੂੰ ਵੀ ਦਿਖਾਉਂਦੇ ਹਾਂ ਕਿੰਨਾ ਮਿੰਟ ਲੱਗਦੇ ਆ ਇਹਨੂੰ ਬਣਾਉਣ ਵਾਸਤੇ। ਉਹਦਾ ਮੈਕਸੀਮਮ ਤਾਂ ਇਹਦੇ ਵਿੱਚ ਲਿਖਿਆ ਪਿਆ ਆ 5 ਮਿੰਟ ਤੁਸੀਂ ਇਹਨੂੰ ਕੁਕਿੰਗ ਕਰਨਾ ਆ। ਅਤੇ ਆਪਣੇ ਨੋਰਮਲ ਮੈਗੀ ਤਾਂ ਯਾਰ ਅਸੀਂ ਜੋ ਨੋਰਮਲ ਮੈਗੀ ਖਾਂਦੇ ਹਾਂ ਉਹਦਾ ਹੀ ਬਣਦੀ ਹੈ। ਅਤੇ ਚਲੋ ਜੀ ਹੁਣ ਬਣਾਉਂਦੇ ਹਾਂ ਅਤੇ ਫਿਰ ਆਪਣੇ ਚੱਕਦੇ ਹਾਂ ਫੱਟੇ। ਹਾਂਜੀ ਗਾਇਜ਼ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਦਲਜੀਤ ਨੇ ਆਪਣੀ ਤਿਆਰੀ ਖਿੱਚ ਲਈ ਆ, ਤੇ ਹੁਣ ਮੈਂ ਬਣਾਉਣ ਲੱਗੀ ਹਾਂ ਸੀ ਨੂਡਲ। ਤੇ ਬਣਾਉਣੀ ਵੀ ਅਲੱਗ ਅਲੱਗ ਹੈ, ਆਹ ਨਹੀਂ ਕਿ ਇੱਕ ਹੀ ਉਸੇ 'ਚ ਬਣਾਉਣੀ ਹੈ ਪਤੀਲੇ 'ਚ, ਅਲੱਗ ਅਲੱਗ ਬਣਾਉਣੀ ਹੈ ਕਿਉਂਕਿ ਵੱਧ ਘੱਟ ਨਹੀਂ ਹੋਣੀ ਚਾਹੀਦੀ, ਦੋਨਾਂ ਨੂੰ ਬਰਾਬਰ ਹੋਣੀ ਚਾਹੀਦੀ ਹੈ, ਤਾਂ ਕਰਕੇ ਮੈਂ 2 ਭਾਂਡੇ ਰੱਖੇ ਆ, ਮੈਂ ਕਿਹਾ ਅਲੱਗ ਅਲੱਗ ਬਣਾਵਾਂਗੇ। ਤੁਸੀਂ ਚੈੱਕ ਕਰ ਸਕਦੇ ਹੋ ਦਲਜੀਤ ਦੀਆਂ ਚਲਾਕੀਆਂ, ਦਲਜੀਤ ਨੇ ਵੱਖਰਾ ਵੱਖਰਾ ਕੰਮ ਕਰ ਦਿੱਤਾ, ਭਾਂਡੇ ਵੰਡ ਦਿੱਤੇ ਆ। ਆਹ ਕਹਿੰਦੀ ਜੀ ਤੁਹਾਡਾ ਅਤੇ ਆਹ ਹੈਗਾ ਦਲਜੀਤ ਦਾ, ਅਤੇ ਉੱਦਾਂ ਦਲਜੀਤ ਉਹਨਾਂ ਨੇ ਆਹ ਕੀ ਲਾਇਆ ਦਲਜੀਤ? ਆ ਮੈਂ ਪਾਣੀ ਗਰਮ ਕਰਨ ਨੂੰ ਰੱਖਿਆ ਨਾ, ਮੈਂ ਕਿਹਾ ਪਾਣੀ ਜਲਦੀ ਗਰਮ ਹੋ ਜਾਊਗਾ। ਹਾਂਜੀ ਜਲਦੀ ਪਾਣੀ ਚਲਾਉਂਦੇ ਆਪਾਂ ਗੈਸ,
ਤੇ ਹੁਣ ਦਲਜੀਤ ਬੰਬ ਦਾ ਗੋਲਾ ਤਿਆਰ ਕਰਨ ਲੱਗੀ ਹੈ ਜੀ। ਹਾਂਜੀ ਪਾਣੀ ਮੈਂ ਪਾਣ ਲੱਗੀ ਆ ਦੇਖੋ ਜੀ। ਲੋ ਜੀ ਦਲਜੀਤ ਨੇ ਜਿਹੜਾ ਬੰਬ ਦਾ ਗੋਲਾ ਤਿਆਰ ਕਰਨਾ ਹੈ ਉਹਦੇ ਵਾਸਤੇ ਪਾਣੀ ਲਾ ਦਿੱਤਾ ਤੇ ਫੋੜ ਲਿਆ। ਪਾਣੀ ਦੀਆਂ ਵੀ ਚੀਕਾਂ ਕਢਾਤੀਆਂ ਦਲਜੀਤ ਨੇ ਤੇ ਇਹ ਤੁਸੀਂ ਹਿਸਾਬ ਲਾ ਲਓ ਪਾਣੀ ਦੀਆਂ ਚੀਕਾਂ ਕਢਾਤੀਆਂ ਤਾਂ ਨਿਊਡਲ ਪਾ ਕੇ ਕਿੰਨੀਆਂ ਚੀਕਾਂ ਦਲਜੀਤ ਕਢਾਏਗੀ। ਪਾਣੀ ਜ਼ਿਆਦਾ ਨਹੀਂ ਹੋ ਗਿਆ? ਨਹੀਂ ਨਹੀਂ ਦਲਜੀਤ ਬਿਲਕੁਲ ਓਕੇ ਆ, ਬਿਲਕੁਲ ਓਕੇ ਆ ਪਾਣੀ। ਜੇ ਬਾਅਦ ਚ ਘੱਟ ਵੱਧ ਹੋਇਆ ਉਹ ਪਾ ਲਾਂਗੇ। ਜ਼ਿਆਦਾ ਹੈ ਮੈਨੂੰ ਕੋਈ ਜ਼ਿਆਦਾ ਲੱਗਦਾ ਨਹੀਂ, ਕੁਝ ਜ਼ਿਆਦਾ ਨਹੀਂ ਹੈਗਾ ਤੁਸੀਂ ਆਪਣੇ। ਹਾਂਜੀ ਚਲੋ ਜੀ ਹੁਣ ਓਪਨ ਕਰੀਏ। ਕਰ ਲਓ ਓਪਨ ਸੋਹਣਿਆ, ਦਿਲ ਘਟਦਾ ਆ। ਤੁਸੀਂ ਇੱਦਾਂ ਗਾਣਾ ਗਾਓ, ਹਮੇ ਤੁਮਸੇ ਪਿਆਰ ਕਿਤੇ ਨਾ। ਆ ਦੋ ਦੋ ਮਸਾਲੇ ਇਸ ਦੇ ਵਿੱਚ। ਹਾਂਜੀ ਦੋ ਦੋ ਮਸਾਲੇ ਮੈਂ ਦਿੱਤੇ ਆ, ਦਿਖਾਓ ਤਾਂ ਸਹੀ ਕਿਹੜੇ ਕਿਹੜੇ ਮਸਾਲੇ ਆ। ਆ ਦੇਖੋ ਜੀ ਇੱਕ ਆ ਪੈਕਿੰਗ ਹੈ ਤੇ ਇੱਕ ਆ ਪੈਕਿੰਗ ਹੈ, ਆ ਫਲੈਕਸ ਸੀਡ ਨੇ। ਅੱਛਾ ਜੀ। ਹਾਂਜੀ ਆ ਮੈਨੂੰ ਲੱਗਦਾ ਉੱਤੇ ਪਾ ਕੇ ਖਾਣੇ ਆ। ਤੁਸੀਂ ਜੋ ਹੱਥ ਆਉਂਦਾ ਸਾਰਾ ਕੁਝ ਵਿੱਚ ਪਾ ਦਿਓ। ਅੱਛਾ ਜੀ। ਹਾਂਜੀ ਸੁੱਟੀ ਚਲੋ ਕੱਟ ਕੱਟ ਕੇ ਤੁਸੀਂ। ਲਓ ਜੀ ਦਲਜੀਤ ਨੇ ਆਪਣੇ ਹਥਿਆਰ ਵੀ ਕੱਢ ਲਏ ਆ, ਆਪਰੇਸ਼ਨ ਕਰਨ ਦੇ ਹੀ ਆ ਮੈਗੀ ਦੇ ਪੂਰੇ। ਨੇੜੇ ਆ, ਓ ਹੋ 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 ਪ੍ਰੀਤ ਆ ਕੀ ਹੈ? ਆ ਤੁਸੀਂ ਚੈੱਕ ਕਰ ਸਕਦੇ ਯਾਰ, ਦੇਖੋ ਇਹ ਤਾਂ ਜੀ ਵੀਰੇ ਇਦਾਂ ਲੱਗਦਾ ਜਿਹੜਾ ਖੂਨ ਹੀ ਵਿੱਚ ਲੱਦ ਦਿੱਤਾ ਹੁੰਦਾ ਆ ਯਾਰ। ਇਦਾਂ ਦਾ ਨਾ ਕਹੋ, ਨਿਕਲ ਰਹੀ ਇਦਾਂ ਦਾ ਆ ਦੇਖੋ ਤਾਂ ਸਹੀ। ਇਹ ਤਾਂ ਲੱਗਦਾ ਮੌਤ ਹੀ ਹੋਣੀ ਆ ਅੱਜ ਵੀਰੇ। ਉਹ ਸਾਰੇ ਜਣੇ ਦੇਖੋ ਤਬਾਹੀ ਹੋਣ ਲੱਗੀ ਆ ਸਾਡੀ ਅੱਜ। ਦਲਜੀਤ ਤੁਸੀਂ ਕੋਈ ਗੱਲਬਾਤ ਵੀ ਸੁਣਾ ਦਿਆ ਕਰੋ ਕਿ ਆਪਣੇ ਕੰਮ ਵੱਲ ਹੀ ਬੀਜੀ ਰਹਿੰਦੇ ਆ ਜ਼ਿਆਦਾਤਰ। ਹਾਂਜੀ ਮੈਂ ਸੋਚਦੀ ਪਈ ਸੀ ਕੁਛ ਨਾ। ਕੀ ਸੋਚ ਰਹੇ ਸੀ? ਆ ਤੋੜ ਕੇ ਪਾਵਾਂ। ਇਹ ਤੁਹਾਡੀ ਮਰਜ਼ੀ ਹੈ, ਤੁਹਾਡੀ ਪਤੀਲੀ ਹੈ, ਤੁਸੀਂ ਤੋੜ ਕੇ ਪਾਉਂਦੇ ਹੋ ਜਾਂ ਪੂਰੀ ਪਾਉਂਦੇ ਹੋ ਜਿੱਦਾਂ ਤੁਸੀਂ ਖਾਣਾ ਪਸੰਦ ਕਰਦੇ ਹੋ। ਤੁਸੀਂ ਕਿੱਦਾਂ ਖਾਣਾ ਪਸੰਦ ਕਰਦੇ ਹੋ, ਤੋੜ ਕੇ ਜਾਂ ਲੰਬੀਆਂ ਲੰਬੀਆਂ? ਥੋੜਾ ਜਿਹਾ ਪਾਣੀ ਪਾਵਾਂ ਘੱਟ ਹੈ। ਅੱਛਾ ਜੀ ਪਾਣੀ ਪਾ ਕੇ ਕਿਤੇ ਪਾਣੀ ਪਾਣੀ ਨਾ ਕਰਦੇ ਹੋ ਕੰਮ ਸੋਚਦਾ, ਬਾਕੀ ਠੀਕ ਹੈ। ਆ ਦੇਖੋ ਜੀ ਬਣ ਰਹੀ ਹੈ ਸਾਡੀ ਮੈਗੀ। ਇੱਧਰ ਮੇਰਾ ਪਾਣੀ ਰਿੱਝ ਰਿਹਾ, ਇੱਧਰ ਵੀ ਦਲਜੀਤ ਹੁਣੀ ਪਾਓਗੇ ਮੈਗੀ। ਹਾਂਜੀ ਗਾਇਸ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਦਲਜੀਤ ਨੇ ਦੋਨੀਆਂ ਪਤੀਲੀਆਂ ਚਾੜਤੀਆਂ ਆ। ਪਤੀਲੀਆਂ ਤਾਂ ਚਾੜ ਦਿੱਤੀ ਹੈ ਬਟ ਆ ਜਿਹੜਾ ਮਸਾਲਾ ਜੇ ਸੀ ਮੈਂ ਹਲਕਾ ਜਿਹਾ ਟੇਸਟ ਕੀਤਾ, ਬਹੁਤ ਸਪਾਈਸੀ ਹੈ ਯਾਰ, ਮੈਂ ਕਿੱਦਾਂ ਖਾਊਂਗੀ? ਕਿੱਦਾਂ ਕੀ ਖਾਊਂਗੀ ਯਾਰ, ਘਬਰਾਈ ਦਾ ਨਹੀਂ ਹੁੰਦਾ, ਚੈਲੰਜ ਦਾ ਮਤਲਬ ਚੈਲੰਜ ਹੀ ਹੁੰਦਾ ਹੈ। ਬਹੁਤ ਜ਼ਿਆਦਾ ਸਪਾਈਸੀ ਹੈ ਤੇ ਕਹਾਣੀ ਖਰਾਬ ਹੋਣ ਵਾਲੀ ਹੈ। ਤੇ ਤੁਸੀਂ ਦੇਖ ਸਕਦੇ ਆ ਦਲਜੀਤ ਦਾ ਪੈਕਟ ਠਾ ਕਰਤਾ ਤੇ ਆ ਪ੍ਰੀਤ ਦਾ ਪੈਕਟ। ਦਲਜੀਤ ਨੇ ਜਿਹੜਾ ਬੰਬ ਦਾ ਗੋਲਾ ਲਿਆਂਦਾ ਉਹ ਤਿਆਰ ਹੋ ਗਿਆ ਆ ਤੇ ਇੱਧਰ ਪ੍ਰੀਤ ਜੀ ਰਿੱਝ ਰਿੱਝ ਕਮਲੇ ਹੋ ਗਏ ਆ, ਇੱਧਰ ਦਲਜੀਤ ਰਿੱਝ ਰਿੱਝ ਕਮਲੀ ਹੋ ਗਈ ਆ। ਅੱਜ ਤਾਂ ਮੇਰਾ ਪੁੱਛਣਾ ਬਣਦਾ ਹੈ ਨਾ, ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ? ਬਹੁਤ ਬੇਕਾਰ ਮਹਿਸੂਸ ਹੋ ਰਿਹਾ ਮੈਨੂੰ, ਕਿਉਂਕਿ ਮੈਂ ਆਹ ਦੇਖੋ ਜੀ ਇਸਦੇ ਸੂਪ ਹੈ ਆ ਨਾ, ਆ ਮੈਂ ਪਾਏ ਤੇ ਹੁਣੇ ਹੀ ਸਾਨੂੰ ਦੋਨਾਂ ਨੂੰ ਖੰਗ ਲੱਗੀ ਹੋਈ ਹੈ। ਆਹ ਸਾਰਾ ਇਹਦਾ ਕਮਾਲ ਹੈ ਜਿੱਦਾਂ ਤੁਸੀਂ ਦੇਖ ਸਕਦੇ ਹੋ, ਆਹ ਜਿਹੜਾ ਹੈ ਨਾ ਇਹਦੇ ਵਿੱਚ ਹੀ ਪਤਾ ਨਹੀਂ ਕੋਰੀਆਂ ਵਾਲਿਆਂ ਨੇ ਕੀ ਮਿਕਸ ਕੀਤਾ ਪਿਆ, ਇਹੀ ਸਾਰਾ ਯੰਤਰ ਜਦੋਂ ਪਾਉਂਦੇ ਆ ਨਾ ਤਾਂ ਪੂਰੇ ਘਰ ਦੇ ਵਿੱਚ ਤਬਾਹੀ ਮੱਚ ਜਾਂਦੀ ਹੈ। ਤੇ ਬਸ ਹੁਣ ਸਾਡੀ ਮੈਗੀ ਰੈਡੀ ਹੋਣਾ ਕਲੀਅਰ। ਹਾਂਜੀ ਗਾਇਜ਼ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਟਾਈਮ ਦੀ ਘੜੀ ਹੋ ਗਈ ਹੈ ਖਤਮ ਤੇ ਮੌਤ ਦੀ ਘੜੀ ਹੋ ਗਈ ਹੈ ਸ਼ੁਰੂ। ਤਾਂ ਦੇਖ ਸਕਦੇ ਹੋ ਤੁਸੀਂ ਇੱਧਰ ਪ੍ਰੀਤ ਜਿਹੜੀ ਰਿੱਝ ਰਿੱਝ ਕੇ ਕਮਲਾ ਹੋਇਆ ਸੀ ਉਹ ਪਾਤਾ ਹੈ ਤੇ ਇੱਧਰ ਦਲਜੀਤ ਜੀ ਜਿਹੜੀ ਰਿੱਝਦੀ ਸੀ ਕਮਲੀ ਹੋਈ ਸੀ, ਹੁਣ ਦਲਜੀਤ ਵੀ ਆਪਣੀ ਮੈਗੀ ਡਾਲ ਰਹੀ ਹੈ। ਦਲਜੀਤ ਆ ਪੂਰੀ ਡੀ ਐਂਡ ਕਰਨੀ ਹੈ ਜਿੱਦਾਂ ਮੈਂ ਆਪਣੀ ਕੀਤੀ ਹੈ, ਇੱਦਾਂ ਚਲਾਕੀਆਂ ਨਹੀਂ ਕਰਨੀਆਂ। ਨਹੀਂ ਨਹੀਂ ਪੂਰੇ ਐਂਡ ਲਾਓ, ਤੁਸੀਂ ਦੇਖ ਸਕਦੇ ਹੋ ਆਪਣੀ ਪਲੇਟ ਰੈਡੀ ਹੋ ਗਈ।
ਦਿੱਤਾ ਪਿਆ ਕੀ ਦਿੱਤਾ ਆ ਅਸੋ ਆ ਜਿਹੜੇ ਜੜੀਆਂ ਬੂਟੀਆਂ ਦਿੱਤੀਆਂ ਪਈਆਂ ਐਂਡ 'ਚ ਮੌਤ ਵਾਲੀਆਂ ਅਤੇ ਉਹ ਪਾਉਣੀਆਂ ਜ਼ਰੂਰ ਨਹੀਂ ਭੁੱਲਣੀਆਂ ਤੁਸੀਂ ਕਿਉਂਕਿ ਇਹ ਜਾਓਗੇ ਤਾਂ ਮੌਤ ਨੂੰ ਸ਼ਾਂਤੀ ਮਿਲੇਗੀ ਚਲੋ ਜੀ ਅਤੇ ਜੀ ਇਹ ਇਕੱਲੀ ਆਪਣੇ ਪਾਸੇ ਪਾਉਣੀ ਹੈ ਜੜੀ ਬੂਟੀ ਨਹੀਂ ਪਾਣੀ ਆ ਉੱਧਰ ਵੀ ਲਓ ਜੀ ਫਿਰ ਪਾ ਦਿਓ ਸੋਹਣੇ ਹੋ ਛੋਟ ਬਣਾਉਣਾ ਹਾਂਜੀ ਗਾਈ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਦਲਜੀਤ ਨੇ ਬੰਬ ਦਾ ਗੋਲਾ ਚੱਕ ਲਿਆ ਅਤੇ ਹੁਣ ਅਸੀਂ ਆਉਂਦੇ ਹਾਂ ਟੇਸਟ ਕਰਦੇ ਹਾਂ ਕੋਰੀਆ ਵਾਲਿਆ ਟੇਸਟ ਕੀ ਕਰਦੇ ਆ ਖਾਣੇ ਹੀ ਆ ਕੋਰੀਆ ਵਾਲਿਆ ਜਿਹੜਾ ਤੂੰ ਅਸੀਂ ਆ ਕੰਮ ਕੀਤਾ ਨਾ ਨਿਊਡਲਾਂ ਦਾ ਇਹ ਹੁਣ ਤੁਹਾਨੂੰ ਅਸੀਂ ਖਾ ਕੇ ਦੱਸਾਂਗੇ ਕੋਰੀਆ ਵਾਲਿਆ ਤੁਸੀਂ ਕਿੰਨੀ ਕੁ ਮਿਰਚ ਪਾਈ ਹੈ ਸਹੀ ਗੱਲ ਹੈ ਤੇ ਦਲਜੀਤ ਅਜੇ ਵੀ ਸੋਚ ਰਹੀ ਹੈ ਕੁਛ ਨਾ ਕੁਛ ਸੋਚਣਾ ਹੀ ਹੈ ਮੈਂ ਤਾਂ ਇੱਧਰ ਦੇਖੋ ਟੇਬਲ ਸਜਾਇਆ ਦਲਜੀਤ ਮੈਂ ਫੋਗ ਲਿਆ ਹਾਂ ਲੋ ਜੀ ਲਾਗੇ ਜੂਸ ਵੀ ਰੱਖ ਲਿਆ ਦੁੱਧ ਵੀ ਰੱਖ ਲਿਆ ਲੱਡੂ ਵੀ ਰੱਖ ਲਏ ਆ ਬਰਫੀ ਵੀ ਰੱਖ ਲਈ ਆ ਨਾਲ ਲੈ ਬਨਾਟੇ ਵੜਾਈ ਆਪਾਂ ਹਾਏ ਤੇਰੀ ਲੰਮ ਲਾਟੇ ਇਹ ਤਾਂ ਬਾਅਦ ਚ ਪਤਾ ਚੱਲੇਗਾ ਕਿਹਦੇ ਕਰਮਾਂ ਚ ਹੁੰਦੀ ਹੈ ਲੰਮ ਲਾਟੇ ਆ ਜਾ ਜੀ ਬੈਠੋ ਤਾਂ ਕਿ ਤੁਸੀਂ ਦੇਖ ਸਕਦੇ ਹੋ ਦਲਜੀਤ ਨੇ ਸਾਰਾ ਸੈਟਅਪ ਰੈਡੀ ਕਰ ਦਿੱਤਾ ਹੈ ਤੇ ਆਪਣੇ ਆ ਮਜੀਟੋ ਬਣਾਈ ਪਈ ਹੈ ਤੇ ਆ ਤੁਹਾਨੂੰ ਪਤਾ ਹੀ ਹੈ ਜਿਹੜੇ ਬੰਬ ਦਾ ਗੋਲਾ ਤਿਆਰ ਕੀਤਾ ਪਿਆ ਇਹ ਹੁਣ ਖਾਵਾਂਗੇ ਅੰਦਰ ਜਾ ਕੇ ਫਟੇਗਾ ਫਿਰ ਤੁਹਾਨੂੰ ਦੱਸਦੇ ਹਾਂ ਕਿੱਦਾਂ ਦਾ ਮਹਿਸੂਸ ਹੁੰਦਾ ਹੈ ਅਤੇ ਬਾਕੀ ਆਪਾਂ ਟਾਈਮਿੰਗ ਵਾਸਤੇ ਫੋਨ ਲਗਾਤਾ ਹੈ ਸਾਹਮਣੇ ਪੂਰਾ ਡੇਢ ਮਿੰਟ ਦੇ ਵਿੱਚ ਆਪਾਂ ਦੋਨਾਂ ਨੇ ਖਤਮ ਕਰਨੀ ਹੈ ਅਤੇ ਤੁਸੀਂ ਰੈਡੀ ਹੋ ਡੇਢ ਮਿੰਟ ਵਿੱਚ ਰੈਡੀ ਹੋ ਸਹੀ ਆ ਰੈਡੀ ਤੇ ਟਾਈਮ ਤੁਹਾਡੇ ਸਾਹਮਣੇ ਆ ਤਾਂ ਤੁਸੀਂ ਵੀ ਸਾਰਿਆਂ ਨੇ ਕੋਈ ਨੋਟ ਕਰਨਾ ਕਿਹੜਾ ਜਲਦੀ ਖਾਂਦਾ ਹੈ ਸਹੀ ਹੈ ਫਿਰ ਤੁਹਾਨੂੰ ਅਸੀਂ ਦੱਸਾਂਗੇ ਕਿ ਇੱਕ ਦੂਜੇ ਨੂੰ ਅਸੀਂ ਪਨਿਸ਼ਮੈਂਟ ਕੀ ਦਿੰਨੇ ਆ ਸਹੀ ਹੈ ਚਲੋ ਜੀ ਹੁਣ ਆਪਾਂ ਕਰਦੇ ਆ ਸਟਾਰਟ ਤੇ ਪਨਿਸ਼ਮੈਂਟ ਦੱਸੋ ਉਹ ਅਸੀਂ ਇਦਾਂ ਜੇ ਨਹੀਂ ਉਹ ਖਾਣ ਤੋਂ ਪਹਿਲਾਂ ਦੱਸਣੀ ਹੈ ਠੀਕ ਹੈ ਜੇ ਮੈਂ ਹਾਰ ਗਿਆ ਤੇ ਮੈਂ ਤੁਹਾਨੂੰ ਵਧੀਆ ਜਿਹਾ ਖਾਣਾ ਬਣਾ ਕੇ ਖਿਲਾਉਂਗਾ ਨੈਕਸਟ ਬਲੌਗ ਦੇ ਵਿੱਚ ਜਿਹੜਾ ਤੁਹਾਡਾ ਫੇਵਰਿਟ ਹੋਊਗਾ ਮੈਂ ਕਹੂੰਗੀ ਉਹੀ ਖਵਾਣਾ ਸਹੀ ਆ ਠੀਕ ਹੈ ਤੇ ਜੇ ਮੈਂ ਹਾਰੀ ਫਿਰ ਮੈਂ ਖਵਾਉਂਗੀ ਜੋ ਤੁਸੀਂ ਕਹੋਗੇ ਉਹੀ ਬਣਾ ਕੇ ਖਵਾਉਂਗੀ ਠੀਕ ਹੈ ਪਰ ਇਹ ਬਲੌਗ ਦੇ ਵਿੱਚ ਨਹੀਂ ਮਿਲੇਗਾ ਉਹ ਖਾਣ ਪੀਣ ਵਾਲੀਆਂ ਚੀਜ਼ਾਂ ਉਹ ਨੈਕਸਟ ਬਲੌਗ 'ਚ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਕੀ ਬਣਾ ਰਹੇ ਅਸੀਂ ਹਾਂਜੀ ਤਾਂ ਹੁਣ ਅਸੀਂ ਸੈਕਿੰਡ ਸ਼ੁਰੂ ਕਰਨ ਲੱਗੇ ਆ ਤਾਂ ਕੰਮ ਆਪਣਾ ਸ਼ੁਰੂ ਰੈਡੀ ਕਰਨ ਲੱਗੇ ਆ ਕਿਉਂਕਿ ਸਾਡੇ ਤੋਂ ਵੇਟ ਨਹੀਂ ਹੋ ਰਹੀ ਤੁਸੀਂ ਹੁਣੇ ਤੋਂ ਸੋਚ ਲਓ ਕੀ ਬਣਾ ਕੇ ਖਵਾਉਣਾ ਉਹ ਮੈਂ ਸੋਚਣਾ ਸੀ ਤੁਹਾਨੂੰ ਇਸ ਟਾਈਮ ਟਾਈਮ ਨਹੀਂ ਹੋ ਮੈਂ ਦੋ ਹੱਥਾਂ ਨਾਲ ਸਿੱਧੇ ਹੋਣਾ ਹੈ ਕਿ ਡੇਢ ਮਿੰਟ 'ਚ ਖਤਮ ਕਰਨਾ ਹਾਰਨਾ ਤੁਸੀਂ ਹੀ ਹੈ ਇਹ ਤਾਂ ਵਕਤੀ ਦੱਸੇਗਾ ਤੇ ਚਲੋ ਜੀ ਹੁਣ ਆਪਾਂ ਕਰਦੇ ਹਾਂ ਸ਼ੁਰੂ ਤੇ ਮੈਂ ਚਮਚ ਚੱਕ ਲਵਾਂ ਪਹਿਲਾਂ ਸਟਾਰਟ ਬਹੁਤ ਡੇਂਜਰਸ ਆ ਇਹ ਨਾ ਮੈਨੂੰ ਕਿਹਾ ਡੰਗਰਾਂ ਵਾਂਗੂ ਖਾਂਦਾ ਪਰ ਕੀ ਕਰਾਂ ਖਾਣ ਪੈਣਾ ਡੇਢ ਮੈਂ ਗਾਈਸ ਬਹੁਤ ਤਿੱਖੀ ਆ ਵਾਕਈ ਗਾਈਸ ਗਾਈਸ ਦਲਜੀਤ ਕੰਮ ਖਿੱਚ ਗਈ ਆਪਾਂ ਜੀਤ ਗਈ ਮੈਂ ਡੇਢ ਮਿੰਟ ਨਹੀਂ ਆਇਆ ਜੀਤ ਗਈ ਤਾਂ ਜੀਤ ਗਈ ਮੈਂ ਪਹਿਲੇ ਖਾ ਲਈ ਡੇਢ ਮਿੰਟ ਨਹੀਂ ਆਇਆ ਜੀ ਓ ਮਾਈ ਗੋਡ ਵਾਹ
गाइस मैं बेली गलती मैं लेट हो गया थोड़ा जहां तड़े ना गला करना आ गया बहुत गया मीठा खाई है कोरिया वाले वाकई कमाल किया पाया डेले पड़वाते छाती अंदर फटन दी है अजय नहीं कुछ साड़ी पाती अंदर गाइस मैं बहुत लेट हो गया दलजीत जित गए मैं दो मिनट हाथ हो गया वहां अंदर तक साड़ पैंदा ढिड दे विच ना हुण जदों गई अंदर मैगी ओह माय गॉड गाइस पहला नहीं पता चलता ही बाद च बहुत चीका कढ़ाउंदी है मजाक वाली गल नहीं हो सच्ची सीरियस बहुत तिखी है बहुत ज्यादा हद नालों वध ना लेके आयो तुसी ला खायो हाय हाय जित भी गई फिर भी रोंदी है खुशी होनी चाहिए खा तो लीती मैं शीर की खुशी बस हूँ जो अंदर साड़ पै रहे ना जो अंदर जाती है गाइस चैलेंज कर लेता पर हालत खराब हो गई दसो फिर जित गई पर तुझे तक जो भी पानी आना शुरू हो गया गाइस इन्हें चिटिंग की थोड़ी जी बिच ना की चिटिंग की है गाइस मैं गल्ला च लग गया ही तो ना लग दे तनु पता है ना लग दे हैं जी मैं थोड़ी कुछ किया है तुसी ना लग दे गल्ला च तुसी सारे जने ने दसना है कि कौन जीते कौन हारे है ठीक है जी तुसी दसोगे कमेंट करके चलो असी नहीं दस सकते गाइस दसंगे कौन चलो जी गाइस जिद्दां कि तुसी देखिया असी कोरिया वाले नूडल खाते सारा चैलेंज कंप्लेन होया दलजीत जीती नैक्सट टाइम मैं दलजीत बना के वधिया जी चीज़ खवाऊंगा तो बाकी हुण तुहानूं मैं कुछ बयान नहीं कर सकता बंब का गोला वाकई ब्लास्ट होया बहुत खतरनाक तरीके ने अखां दे विचों डेले भी बाहर कढ दिते जो पैकेट के उत्ते लिखा सी वह कुछ ही होया तुहानूं इहनूं तो कोई महसूस नहीं हो रहा हुण मैं ठीक हाँ उस टाइम होया सी बड़ा हुण ठीक हाँ बट दसो हूँ फिर चैलेंज लाना मेरे नाल सवाल ही नहीं पैदा कारण के मामले च कभी ना लाना मेरे नाल चैलेंज चैलेंज बहुत खतरनाक निकली मेरी घर वाली चकती हैं गरीबियां इन्हें इन्हें देखो चम्मच ना खाधा फिर भी काम बड़े फट्टे चक गई एंड च मैं भी हाथ ना लग गया जीत ना जाओ तुसी मैं भी क्या हाथ ना कर लो काबू गाइस मैं अपनी ड्रिंक भी खत्म की अपनी नूडल भी खत्म की गाइस जिदा कि तुसी साडा ब्लॉग देखिया सारे ने ते जे साडा ब्लॉग चंगा लगा तो लाइक तो शेयर तो कमेंट करना नहीं भूलना तो बाकी इदा ही असी फ्रैंक वाली वीडियो लैके चैलेंज वाली वीडियो लैके तुहानू मिलांगे तो प्लीज़ सारे जने शेयर लाइक कमेंट प्लीज़ कर दिया करो असी तुहाडे लई इन्ना कुछ ओह करदे आ बलिदान देने चलो जी हुण मिलदे आ नेक्स्ट ब्लॉग ते सारे जने भैण भरा अपना रखियो ख्याल ते बाय 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 बाय।